ਲਾ ਜੀ ਅੱਲਾ ਕੀਤਾ ਗੇੜ ਲੱਗ ਗਿਆ ਵਾ। ਬਸ ਇਹ ਸੀਗਾ ਕਿ ਲੋਕੀ ਕੂੜਾ ਕੂੜਾ ਸਿੱਟਦੇ ਸੀਗੇ, ਇਹ ਚੰਗਾ ਕੀਤਾ ਕਿ ਗੇੜ ਗੋਟ ਲਵਾ ਲਿਆ ਵਾ। ਸਹੀ ਹੋ ਗਿਆ, ਚਾਰ ਦੀਵਾਰੀ ਕਰਕੇ ਛੱਡਦੇ ਆ, ਗੇੜ ਗੋਟ ਲੱਗਾ ਅੱਲਾ ਅੱਲਾ। ਛੋਟਾ ਗੇੜ ਵੀ ਲੱਗਾ, ਵੱਡਾ ਵੀ ਲੱਗਾ, ਟੈਂਸ਼ਨ ਮੁੱਕੀ। ਤੁਸੀਂ ਇੱਥੇ ਆਣ ਕੇ ਨਾ ਜ਼ਰਾ 2 ਘੰਟੇ ਵਿਆਹ ਕਰ। ਅਸਲਾਮੁਅਲੈਕਮ ਜੀ। ਵਾਲੇਕੁਮ ਸਲਾਮ। ਆਓ ਸ਼ਾਮ ਨੂੰ ਆਉਂਗਾ, ਚੱਕਰ ਲਾ ਜਾਵਾਂਗਾ ਇਨਸ਼ਾਅੱਲਾ ਤਾਲਾ। ਇੱਥੇ ਪਲਾਟ ਪਿਆ ਸੀਗਾ, ਲੋਕੀ ਕੂੜਾ ਛੂੜਾ ਸਿੱਟਦੇ ਸੀ, ਮੈਂ ਗੇਟ ਲਵਾ ਦਈਏ ਇੱਥੇ। ਹੋਰ ਘਰ ਬਾਰ? ਸ਼ੁਕਰ, ਤੁਸੀਂ ਸੁਣਾਓ, ਤਬੀਅਤ ਸੇ ਠੀਕ ਹੈ? ਖੁਸ਼ੀਆਂ ਦੇ ਵੇਲੇ ਜੀ। ਸਾਡੇ ਘਰ ਆਈ ਹੈ ਨਾ ਜੀ, ਇਹ ਦੇਖ ਲੋ ਕਿ 3 ਮਹੀਨੇ ਹੋ ਗਏ ਕਿ ਰੱਬ ਨੇ ਲਹਿਰਾਂ ਬਹਿਰਾਂ ਕਰਤੀਆਂ। ਅੱਛਾ ਜੀ। ਹਾਂਜੀ, ਮੱਝਾਂ ਵੀ ਅਸੀਂ 4 ਹੋ ਗਈਆਂ। ਕੋਈ ਹੈ ਨਾ ਜਿਹੜੇ ਪੈਰ ਹੁੰਦੇ ਉਹ ਬਰਕਤ ਵਾਲੇ ਹੁੰਦੇ ਆ। ਹਾਂਜੀ 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 ਹਾਂਜੀ। ਆਓ ਬੈਠੋ। ਅੱਛਾ ਜੀ, ਇੱਥੇ ਖੁੱਲੇ ਹੋਗੇ ਬਹੁਤ। ਅੱਛਾ ਜੀ, ਖਾਣਾ ਪੀਣਾ ਕੀ ਹੈ? ਨਹੀਂ ਬਸ ਮਿਹਰਬਾਨੀ ਜੀ, ਚਾਹ ਪੀਓਗੇ ਕਿ ਬੋਤਲ? ਸ਼ੁਕਰੀਆ ਸ਼ੁਕਰੀਆ। ਮੈਂ ਕਿਹਾ ਸਭ ਤੋਂ ਪਹਿਲੇ ਤੁਹਾਨੂੰ ਦੱਸਣਾ ਚਾਹੀਦਾ ਜੀ ਕਿ ਤੁਹਾਡਾ ਹੱਕ ਬਣਦਾ ਸਭ ਤੋਂ ਪਹਿਲੇ। ਮੈਂ ਤਾਂ ਘਰ ਵੀ ਨਹੀਂ ਗਿਆ ਹਲੇ। ਅੱਛਾ ਜੀ। ਹਾਂਜੀ, ਉਹਨਾਂ ਨੂੰ ਮੈਂ ਘਰ ਨੂੰ ਤੋਰਤਾ, ਬਾਕੀ ਸਾਰੇ ਜੀਆਂ ਨੂੰ। ਅੱਛਾ, ਤੇ ਮੈਂ ਕਿਹਾ ਮੈਂ ਤੁਹਾਡੇ ਵੱਲੋਂ ਹੋ ਕੇ ਆਵਾਂ ਖੁਸ਼ੀ ਨਾਲ। ਉਹ ਰਾਹ 'ਚ ਮਿਠਾਈ ਵਾਲੀ ਦੁਕਾਨ ਕੋਈ ਨਹੀਂ ਲੱਭੀ, ਨਹੀਂ ਤਾਂ ਮੈਂ ਮਿਠਾਈ ਵੀ ਲੈ ਕੇ ਆਉਣੀ ਸੀ। ਤੇ ਇਹ ਹੈ ਕਿ ਅੱਲਾ ਪਾਕ ਨੇ ਰਹਿਮਤ ਕਰਤੀ ਹੈ। ਤੇ ਕਾਹਦੀ ਮਠਿਆਈ ਤੇ ਸਾਡੇ ਵੱਲ ਕਿੱਦਾਂ ਆਉਣ ਹੋਇਆ? ਉਹ ਕੁੱਤੀ ਲੈ ਗਿਆ ਸੀ ਨਾ ਤੁਹਾਡੇ ਕੋਲ ਮੈਂ ਜੀ। ਅੱਛਾ, ਆ 2 ਕੁ ਮਹੀਨੇ ਪਹਿਲੇ ਤੁਸੀਂ 2 ਬੰਦੇ ਆਏ। ਹਾਂ, ਉਹ ਮਾਸ਼ਾਅੱਲਾ ਸੂਣ ਵਾਲੀ ਹੋ ਗਈ ਹੈ, ਤੇ ਪਰਸੋਂ ਦੀ ਡੇਟ ਦਿੱਤੀ ਉਹਨਾਂ ਨੇ। ਤੇ ਇਹਦੇ ਸਾਡਾ ਕੀ ਤਲਕ ਹੈ ਜੀ? ਇਹ ਤਲਕ ਤੁਹਾਡਾ, ਉਹ ਤੁਹਾਡੇ ਵੱਲੋਂ ਗਈ ਹੈ। ਸਾਡੇ ਵੱਲੋਂ ਗਈ? ਉਹ ਯਾਰ ਭਰਾਵਾ, ਅਸੀਂ ਵੀ ਕਿਤੋਂ ਲੈ ਕੇ ਆਏ ਸੀ, ਉਹ ਘਰ 'ਚ ਗੰਦ ਬੜਾ ਪਾਉਂਦੀ ਸੀ, ਘਰਦਿਆਂ ਨੇ ਕਿਹਾ ਇਹਨੂੰ ਵੇਚ ਛੱਡੋ ਕਿਤੇ। ਹਾਂ ਹਾਂ, 3000 ਦੀ ਲਿਆਂਦੀ ਸੀ। ਨਹੀਂ, ਉਹ ਤੁਸੀਂ ਜਿੱਥੋਂ ਮਰਜ਼ੀ ਲਿਆਂਦੀ ਹੈ। ਦੇਖੋ ਜੀ, ਮੈਂ ਤੇ ਜਿਨ੍ਹਾਂ ਵੱਲੋਂ ਗਈ ਹੈ ਭਾਗਾਂ ਵਾਲੀ, ਮੈਂ ਤੇ ਉਹਨਾਂ ਨੂੰ ਹੀ ਮੁਬਾਰਕ ਦੇਣੀ ਨਾ, ਮੈਨੂੰ ਤਾਂ ਨਹੀਂ ਨਾ ਕਿਸੇ ਦਾ ਪਤਾ ਜੀ। ਅਸੀਂ ਤਾਂ ਲੈ ਕੇ ਤੁਹਾਡੇ ਘਰੋਂ ਗਏ ਹਾਂ। ਮੇਰੀ ਸੁਣੋ ਗੱਲ, ਤੁਸੀਂ ਕੁੱਤੀ ਵੇਚ ਦਿੱਤੀ, ਗੱਲ ਖਤਮ ਹੋ ਗਈ। ਵਾਲੇਕੁਮ ਸਲਾਮ ਜੀ। ਤੇ ਉਹ ਇਹ ਆ ਕਿ ਬਾਨਦੀਪ ਸੁਣਾ। ਹਾਂ ਠੀਕ ਹੈ, ਕਿੱਦਾਂ ਬਣ ਰਿਹਾ ਮਕਾਨ? ਹਾਂ, ਮੈਂ ਕਿਹਾ ਚਾਰ ਦੀਵਾਰੀ ਕਰਕੇ ਨਾ ਗੇਟ ਲਵਾ ਦਈਏ, ਅੰਦਰ ਕੂੜਾ ਲੋਕ ਬਹੁਤ ਸੁੱਟਣ ਲੱਗ ਪਿਆ। ਕੌਣ ਨੇ ਜੀ? ਇਹ ਸਾਡੇ ਮਹੱਲੇਦਾਰ ਆ ਜੀ। ਅੱਛਾ ਅੱਛਾ ਜੀ, ਉਹ ਆਪਣਾ ਮਕਾਨ ਆ ਖੰਬੇ ਤੋਂ ਨਾਲ ਦਾ। ਅੱਛਾ ਅੱਛਾ ਅੱਛਾ, ਅੱਲਾ ਖੈਰ ਦੇ, ਅੱਲਾ ਖੈਰ। ਅਲਟਰਾਸਾਊਂਡ ਕਰਾਇਆ ਤੇ ਉਹਨਾਂ ਨੇ ਕਿਹਾ ਮਾਸ਼ਾਅੱਲਾ 7 ਦੇਣੇ ਆ ਜੀ। ਤੇ ਮੈਂ ਕਿਹਾ ਸਭ ਤੋਂ ਪਹਿਲੇ ਮੈਂ ਜਾ ਕੇ ਖੁਸ਼ੀ ਦੀ ਖਬਰ ਦੱਸ ਕੇ ਆਵਾਂ। ਕੋਈ ਖੁਸ਼ੀ ਦੀ ਖਬਰ ਹੈ ਜੀ? ਖੁਸ਼ੀ ਦੀ ਖਬਰ ਆ ਜੀ, ਇਹਨਾਂ ਨੂੰ ਮੈਂ ਕੁੱਤੀ ਲਈ ਸੀ। ਆਹੋ, ਵੇਖੀ ਸੀ ਇਹਨਾਂ ਕੋਲ 2-3 ਮਹੀਨੇ 4000 ਦੀ ਨਾ ਜੀ ਕੁੱਤੀ ਲਈ। ਆ ਤੇ ਉਹ ਹੁਣ ਅਲਟਰਾਸਾਊਂਡ ਕਰਾਇਆ ਮੈਂ। ਤੁਹਾਨੂੰ ਵੀ ਮੁਬਾਰਕ ਹੋਵੇ ਭਾਈ, ਤੁਸੀਂ ਵੀ ਮੱਲੇਦਾਰ ਆ। ਉਹ ਇਹ ਹੈ ਕਿ ਉਹ ਤਾਂ ਮਾਮਲਾ ਸਾਰਾ ਸਾਂਝਾ ਹੀ ਹੁੰਦਾ ਨਾ ਜੀ ਭਾਈ। ਅਸੀਂ ਤੁਸੀਂ ਕੁੱਤੀ ਮੁੱਲ ਲਈ ਹੈ। ਹਾਂਜੀ ਹਾਂਜੀ, ਅਸੀਂ ਤੁਹਾਨੂੰ ਦੇ ਦਿੱਤੀ। ਹਾਂਜੀ, ਉਹ ਹੁਣ ਜੋ ਜੀਵੇ ਮਰੇ ਬੱਚੇ ਦੇਵੇ ਸਾਡਾ ਇਸ ਗੱਲ ਨਾਲ ਕੀ ਤਲਕ ਹੈਗਾ? ਬਸ ਗੱਲ ਖਤਮ ਹੋ ਗਈ, ਤੁਸੀਂ ਲੈ ਗਏ ਕੁੱਤੀ, ਤੁਸੀਂ ਮਾਲਕ, ਜੇ ਤੁਸੀਂ ਜਾਣੋ ਤਾਂ ਕੁੱਤੀ ਜਾਣੇ। ਸੂਣ ਵਾਲੀ ਹੈ ਜੀ, ਅੱਲਾ ਖੈਰ ਕਰੇ। 3 ਦਿਨ ਦਾ ਟਾਈਮ, ਅਲਟਰਾਸਾਊਂਡ ਅੱਜ ਕਰਾਇਆ ਨਾ। ਅੱਛਾ ਅੱਛਾ ਅੱਛਾ, ਤੇ ਉਧਰੋਂ ਉਹਨਾਂ ਨੂੰ ਘਰ ਭੇਜਦਾ ਮੈਂ, ਤੇ ਮੈਂ ਕਿਹਾ ਮੈਂ ਦੱਸ ਕੇ ਆਵਾਂ। ਤੁਸੀਂ ਪਰਸੋਂ ਆਉਣਾ ਹੈ ਜੀ। ਖਬਰ ਤਾਂ ਖੁਸ਼ੀ ਦੀ ਆ ਉਹਨੇ। ਹਾਂਜੀ, ਸੁਣਿਆ ਉਹਨੇ, ਤੇ ਖੁਸ਼ੀ ਦੇ ਖੁਸ਼ੀ ਵਾਲਾ ਕੰਮ ਆ, ਤੁਸੀਂ ਆਉਣਾ। ਤੇ ਇੰਜ ਦੇ ਆਉਣਾ ਕਿ ਪਿੰਡ ਨੂੰ ਪਤਾ ਲੱਗੇ ਕਿ ਕੋਈ ਪਿੱਛੋਂ ਆਇਆ। ਖਬਰ ਤਾਂ ਖੁਸ਼ੀ ਦੀ ਆ, ਮੈਂ ਵੀ ਆ ਜਾਗਾ ਨਾਲ। ਕੋਈ ਗੱਲ, ਕੋਈ ਮਹੱਲੇਦਾਰੀ ਆ ਭਾਈ? ਕਿਹੜੀ ਖੁਸ਼ੀ ਦੀ ਖਬਰ? ਸੁਈ ਆ ਭਾਈ, ਕੁੱਤੀ ਸੂਣ ਲੱਗੀ ਆ 2 ਦਿਨਾਂ ਬਾਅਦ। ਇੱਥੇ ਕਈ ਸੂਂਦੀਆਂ ਫਿਰਦੀਆਂ, ਹੁਣ ਸਾਰਿਆਂ ਦੇ ਅਸੀਂ ਜਾਣਾ? ਨਹੀਂ, ਉਹ ਤਾਂ ਵਾਰਸਾਂ ਦੀ ਹੈ ਨਾ ਜੀ, ਇਹ ਤਾਂ ਆਵਾਰਾਂ ਨੇ ਫਿਰਨ ਡਈਆਂ ਨੇ। ਲੇਕਿਨ ਉਹ ਤਾਂ ਮੈਂ ਤੁਹਾਡੇ ਕੋਲੋਂ ਲੈ ਗਿਆ, ਮੇਰਾ ਤਾਂ ਹੱਕ ਬਣਦਾ ਹੈ ਤੁਹਾਨੂੰ ਇਤਲਾਹ ਦੇਣਾ। ਉਹ ਭਰਾਵਾ, ਅਸੀਂ ਵੀ ਕਿਸੇ ਪਿੰਡੋਂ ਲਈ ਸੀਗੀ ਕਿ ਆ ਜ਼ਰਾ ਨਾ ਇਲਾਕਾ ਰਾਤ ਨੂੰ 9 ਵਜੇ ਤੋਂ ਬਾਅਦ ਸੁਨਸਾਨ ਹੋ ਜਾਂਦਾ, ਅਸੀਂ ਜ਼ਰਾ ਬਾਹਰ ਛੱਡੀ ਸੀ, ਉਹ ਘਰ ਗੰਦ ਗੁੰਦ ਪਾਉਂਦੀ ਸੀ, ਅਸੀਂ ਤੈਨੂੰ ਵੇਚ ਦਿੱਤੀ ਹੈ। ਨਹੀਂ, ਮੈਂ ਤੇ ਮੇਰਾ, ਮੈਂ ਤਾਂ ਸਿਰਫ ਇਸ ਵਾਸਤੇ, ਤੁਸੀਂ ਪੜ੍ਹੇ ਲਿਖੇ ਬੰਦੇ ਹਾਂ। ਹਾਂਜੀ, ਕੋਈ ਜਿਹੜੀ ਘਿਓ ਖਿਚੜੀ ਬਣਦੀ ਹੁੰਦੀ ਹੈ ਉਹ ਹਜ਼ਾਰੀਬਾਦ, ਉਹ ਨਾਨਕਿਆਂ ਦੀ ਬਣਦੀ ਹੁੰਦੀ ਹੈ। ਉਹ ਕਿਹੜੇ ਨਾਨਕੇ ਯਾਰ, ਉਹ ਤੂੰ ਬੰਦਿਆਂ ਤੇ ਤੂੰ ਜਾਨਵਰਾਂ 'ਚ ਫਰਕ ਹੀ ਨਹੀਂ ਸਮਝਦਾ? ਨਹੀਂ, ਉਹ ਮਿਸਾਲ ਦੇਣ ਦੇ ਆ ਵੀ ਜਿੱਥੋਂ ਗਈ ਆ, ਮਤਲਬ ਤੁਹਾਨੂੰ ਉਹਨਾਂ ਦੀ ਮਿਹਰਬਾਨੀ ਆ, ਖੁਸ਼ੀ 'ਚ ਤੁਹਾਨੂੰ ਉਹਨਾਂ ਯਾਦ ਰੱਖਿਆ। ਆਪਣੀ ਖੁਸ਼ੀ ਨਾਲ ਇਹ ਆ ਕਿ ਕਤੂਰੇ 7 ਕਤੂਰੇ ਨੇ, ਜੋ ਜੋ ਕਤੂਰੇ ਨੂੰ ਪਾਉਣਾ ਹੋਵੇ ਤੁਸੀਂ ਉਹਨੂੰ ਪਾ ਦਈਓ। ਸੱਤ ਕਤੂਰੇ ਜੀ, ਅਲਟਰਾਸਾਊਂਡ 'ਚ ਆਏ? ਅਲਟਰਾਸਾਊਂਡ 'ਚ, ਮਾਸ਼ਾਅੱਲਾ ਯਾਰ, 7 ਕਤੂਰੇ ਨੇ। ਓ ਯਾਰ, ਮੁਬਾਰਕਾਂ ਦੇਈ ਜਾਣਾ ਤੂੰ ਪਾਗਲ ਆ, ਕੌਣ ਕਰਾਉਂਦਾ ਅਲਟਰਾਸਾਊਂਡ ਕੁੱਤੀਆਂ ਦੇ? ਮੈਂ ਜੀ, ਉਹਨੇ ਕਰਵਾਇਆ ਵਾ ਤੇ ਉਹ ਮੈਂ ਕਰਵਾਇਆ ਜੀ, ਮੈਂ ਕਰਵਾਇਆ। ਓ ਯਾਰ ਭਾਈ, ਹੁਣ ਤੇਰਾ ਤੇ ਪਤਾ ਨਹੀਂ ਦਿਮਾਗ ਖਰਾਬ ਆ ਤੇਰਾ ਤੇ, ਨਾਲੇ ਤੂੰ ਸਾਡੇ ਕੱਲ ਹੀ ਆ ਗਿਆ ਹੈ।
ਤੁਹਾਨੂੰ ਮੁਬਾਰਕ ਹੋਵੇ ਜੀ। ਬਕਾਇਆ ਜੀ ਮੈਂ ਸਾਰੇ ਟੋਰ ਦਿੱਤੇ ਆ ਜੀ, ਮੈਂ ਕੱਲਾ ਐਨੂੰ ਆ ਗਿਆ, ਸਾਡਾ ਕੀ ਤੱਲਾ ਯਾਰ ਇਹਦੇ ਗੱਲ ਨਾਲ। ਇਹ 'ਚ ਰਾਹ 'ਚ ਆਉਂਦੇ ਆ ਨਾ ਜੀ, ਮੈਂ ਆਪਣੇ ਚਾਚਿਆਂ ਤਾਇਆਂ ਨੂੰ ਸਾਰਿਆਂ ਨੂੰ ਕਹਿਤਾ ਹੈ ਬਣਦਾ, ਇਹ ਹੈ ਕਿ ਹੁਣ ਦਾਦਕਿਆਂ ਨੂੰ ਲੱਗ ਪਤਾ ਜਾਵੇ ਕਿ ਨਾਨਕੇ ਆਏ ਆ। ਲੈ ਉਹ ਭਾਈ ਕੁੱਤੀ ਦੇ ਕਿਹੜੇ ਨਾਲਗੇ ਹੁੰਦੇ ਨੇ, ਤੈਨੂੰ ਸਮਝ ਨਹੀਂ ਲੱਗਣੀ ਗੱਲ ਦੀ ਗੱਲ ਆ ਜੀ। ਇਹ ਮੈਂ ਇਸ ਗੱਲੋਂ ਬੜਾ ਖੁਸ਼ ਹੋਇਆ ਵੀ ਤੁਸੀਂ ਇਹਨਾਂ ਨੂੰ ਚੇਤਾ ਰੱਖਿਆ ਇੰਨੀ ਦੇਰ ਬਾਅਦ, ਹਾਲਾਂਕਿ ਤੁਸੀਂ ਨਾਮ ਹੀ ਕਹਿੰਦੇ ਤੇ ਕੋਈ ਗੱਲ ਨਹੀਂ ਸੀ। ਤੈਨੂੰ ਬਹੁਤੀ ਖੁਸ਼ੀ ਹੈ? ਉਹ ਯਾਰ ਮੱਲੇਦਾਰ ਹੋਣ ਦੇ ਨਾਤੇ ਖੁਸ਼ੀਆਂ ਕੰਮ ਸਾਂਝੇ ਹੁੰਦੇ ਮੱਲੇਦਾਰਾਂ ਦੇ, ਕਿਹੜੀ ਖੁਸ਼ੀਆਂ ਕੰਮ ਸਾਂਝੇ ਹੈ ਨਾ ਮੱਲੇਦਾਰਾਂ ਦੇ, ਤੇ ਤੂੰ ਵਾਰਸ ਬਣ ਕੇ ਚੱਲ ਜਾ।